ਪੰਜਾਬ ਦੇ ਵਿੱਚ ਪੀਪਲਸ ਪਾਰਟੀ ਦਾ ਕੋਈ ਮਸਤਕਬਲ ਕਹਿ ਨਹੀਂ ਤੌਰ ਤੇ ਲੋਟੇ ਦਾ ਬੰਦੋਬਸਤ ਕਰਾਣਾ ਨਾ ਪਈ ਇੱਕ ਮਹੀਨੇ ਦੇ ਵਿੱਚ ਡਾਲਰ ਰੂਸੋ ਦੇ ਪੁਚਾ ਰਹੇ ਨੇ ਲੋਟਾ ਥਰੂ ਮੈਂ ਤੋਂ ਨਿਕਲ ਕੇ ਉਹਨੇ ਕੋ ਸਿੰਧ ਹਾਊਸ ਤੇ ਜਮਾ ਕੀਤਾ ਗਿਆ ਉਹ ਕਹਿੰਦੇ ਇਸ ਤਾਂ ਲੁੱਟਿਆ ਗਿਆ ਲੋਕੇ ਕੋ ਹਿਜਰਤ ਕਰਨੀ ਪਈ ਰੁਕਾਵਟਾਂ ਖੜਾ ਕਰਨ ਦੀ ਕੋਸ਼ਿਸ਼ ਕਰੇ ਸੀ ਇਨਸ਼ਾਅੱਲਾ ਅਲਹਮਦੁਲਿਲਾ ਚੌਕ ਮੁੰਡਾ ਤਹਿਸੀਲ ਬਣ ਗਈ ਲਾ ਇਲਾਹ ਇਲਲਾ ਕਲਮਾ ਬੁਲੰਦ ਕੀਤੇ ਲੋਡ ਸ਼ੇਡਿੰਗ ਵੀ ਦਬਾ ਕੇ ਸ਼ੁਰੂ ਥੀ ਗਈ ਹੈ ਕਰੋ ਰੁਪਏ ਦੀ ਲਾਗਤ ਨਾਲ ਲੋਕ ਕੰਮ ਸ਼ੁਰੂ ਥਿਆ ਪੇ ਮਦਦ ਜੇ ਕੋਲੋ ਸਾਰੇ ਇਲਾਕੇ ਦੇ ਕੋਈ ਕੰਮ ਨਹੀਂ ਥਿਆ ਸੋ ਕਿਉਂ ਪਾਕਿਸਤਾਨ ਦੀ ਆਵਾਮ ਦੇ ਹੱਕ ਦੇ ਹੱਥ ਵਿੱਚ ਫੈਸਲਾ ਦੇਵਨ ਤੇ ਫੋਰ ਇਲੈਕਸ਼ਨ ਕਰਾਵਨ ਸੁਪਰੀਮ ਕੋਰਟ ਨੇ ਲੋਟਿਆਂ ਦੇ ਖਿਲਾਫ ਫੈਸਲਾ ਦਿੱਤੇ ਉਹਨੇ ਬਾਅਦ ਉਹ ਵੀ ਪੰਜਾਬ ਤੇ ਵਫਾਕ ਦੀ ਜਿਹੜੀ ਮਤੇ ਨਹੀਂ ਅਸੀਂ ਖਤਮ ਦੀ ਚੁੱਕੀ ਹੈ ਇਨਸ਼ਾਅੱਲਾ ਬਹੁ ਜਲਦ ਇਨਸ਼ਾਅੱਲਾ ਤਾਂ ਕੋਈ ਹਵਾਲੇ ਨਾਲ ਖੁਸ਼ਖਬਰੀ ਵੀ ਮਿਲ ਸਕੀ ਇਨਸ਼ਾਅੱਲਾ ਉਸ ਤੋਂ ਬਾਅਦ ਜਿਹੜਾ ਸਦੂਜਾ ਕੰਮ ਕਰਨੇ ਮੇਰੇ ਭਰਾਵੋ ਕਿਸਾ ਇਮਰਾਨ ਖਾਨ ਕੋ ਜਿਵੇਂ ਪਿਛਲੀ ਦਫਾ ਇੱਕ ਬੈਸਾਖੇ ਦੇ ਜ਼ਰੀਏ ਲੂਲੀ ਲੰਗੜੀ ਹਕੂਮਤ ਮਿਲੀ ਆਈ ਅਸਾਂ ਉਹ ਕੰਮ ਨਹੀਂ ਥਿਵਣੇ ਵਣਾ ਅਸਾਂ ਇਮਰਾਨ ਖਾਨ ਕੋ ਦੋ ਤਿਹਾਈ ਅਕਸਰੀਅਤ ਨਾਲ ਅਸੈਂਬਲੀ ਵਿੱਚ ਪਹੁੰਚਾਉਣੇ ਇਨਸ਼ਾਅੱਲਾ ਇਮਰਾਨ ਖਾਨ ਸਾਹਿਬ ਇਹ ਦਫਾ ਟਿਕਟਾਂ ਦੇ ਆਪ ਫੈਸਲੇ ਕਰੇ ਸਨ ਤੇ ਤੁਸੀਂ ਸਾਰੇ ਜਿਹੜੇ ਵੀ ਉਮੀਦਵਾਰ ਹੋ ਮੈਨ ਉਹਨੇ ਤਾਂ ਤੁਸੀਂ ਸਾਥ ਰਸੋ ਤਾਂ ਕਿ ਇਮਰਾਨ ਖਾਨ ਸਾਹਿਬ ਕੋ ਅਸਾਂ ਪੂਰਾ ਮੈਂਡੇਟ ਦੇਉਂ ਤਾਂ ਕਿ ਉਹ ਖੁੱਲ ਕੇ ਬਿਹਤਰੀਨ ਤਰੀਕੇ ਦੇ ਨਾਲ ਪਾਕਿਸਤਾਨ ਵਿੱਚ ਹਕੀਕੀ ਤਬਦੀਲੀ ਵਾਸਤੇ ਬਣ ਕੇ ਫੈਸਲੇ ਕਰੇ ਤੇ ਇਹ ਜਿਹੜਾ ਹਲਕਾ ਹੈ ਖਾਸ ਤੌਰ ਤੇ ਮੈਂ ਤੁਹਾਨੂੰ ਆਖਣਾ ਚਾਹਨਾ ਕਿ ਇੱਥਾ ਪਿਛਲੇ ਦੋ ਦਵਾਰ ਕੋਲ ਜਿਹੜੀ ਐਮਐਨਏ ਦੀ ਸੀਟ ਹੈ ਉਹ ਪੀਪਲਸ ਪਾਰਟੀ ਦੇ ਕੋਲੋਂ ਗਈ ਹੈ ਮੈਂ ਸਮਝਦਾ ਕਿ ਪੀਪਲਸ ਪਾਰਟੀ ਕੋਈ ਥਾਂ ਵੋਟ ਦੇਵਣ ਇਵੇਂ ਹੈ ਕਿ ਜਿਵੇਂ ਆਪਣਾ ਵੋਟ ਜ਼ਾਇਆ ਕਰਨ ਜ਼ਰਦਾਰੀ ਨੇ ਮੁਫਾਮਤ ਦੀ ਸਿਆਸਤ ਜਰਨ ਕੋਲੋਂ ਸ਼ੁਰੂ ਕੀਤੀ ਹੈ ਉਹ ਪੀਪਲਸ ਪਾਰਟੀ ਦੀ ਸਿਆਸਤ ਨੂੰ ਦਫਨ ਕਰ ਦਿੱਤੇ ਲਿਹਾਜ਼ਾ ਮੈਂ ਇੱਥੋਂ ਦੇ ਤਮਾਮ ਹਲਕੇ ਵਾਲਿਆਂ ਕੋਲ ਗੁਜ਼ਾਰਿਸ਼ ਕਰੇ ਸਾਂ ਕਿ ਹਲਕੇ ਦੇ ਵਿੱਚ ਇੰਨੇ ਹਲਕੇ ਦੇ ਨਿਸਬਤ ਵਫਾਕੀ ਸੀਟ ਨਾ ਹੋਣ ਦੀ ਵਜ੍ਹਾ ਕੋਲੋਂ ਬਹੁ ਪਸੰਦਗੀ ਮੈਂ ਆਪਣੇ ਇਲਾਕੇ ਚੋਂ ਮੇਰੀ ਆਵਾਮ ਨੇ ਮੈਨੂੰ ਅਲਹਮਦੁਲਿਲਾ ਅੱਲਾਹ ਤਾਲਾ ਦੇ ਫਜ਼ਲੋ ਕਰਮ ਦੇ ਹੁਕਮ ਦੇ ਬਾਅਦ ਆਜ਼ਾਦ ਮੁੰਤਖਬ ਕਰਾਏ ਮੈਂ ਜਿਹੜੇ ਵਾਅਦੇ ਆਪਣੀ ਆਵਾਮ ਨਾਲ ਕਰਕੇ ਕਿ ਆਮ ਹੀ ਉਹ ਵੰਜ ਕੇ ਆਪਣੇ ਕਾਇਦ ਦੇ ਅੱਗੋਂ ਰੱਖੇ ਤੇ ਜਿਹੜੇ ਜਿਹੜੇ ਮੈਂ ਮੁਤਾਲਬੇ ਆਪਣੇ ਕਾਇਦ ਇਮਰਾਨ ਖਾਨ ਸਾਹਿਬ ਦੇ ਅੱਗੋਂ ਕੀਤੇ ਇਮਰਾਨ ਖਾਨ ਸਾਹਿਬ ਮੈਂ ਕੋਈ ਮੁਤਾਲਬੇ ਦਾ ਇਨਕਾਰ ਨਹੀਂ ਕੀਤਾ ਮੈਂ ਉਹਨੇ ਕੋ ਆਖੇ 40 ਸਾਲ ਦਾ ਦਰੀਨਾ ਮਸਲਾ ਹੈ ਚੌਕ ਮੁੰਡੇ ਦੀ ਤਹਿਸੀਲ ਮੰਗਦੇ ਹਨ ਉੱਥੋਂ ਦੇ ਲੋਕ ਅੱਜ ਤੱਕ ਕੋਈ ਨਹੀਂ ਦੇ ਸੰਗਿਆ ਵੱਡੇ ਵੱਡੇ ਲੋਕ ਹਨ ਮੈਂ ਵਾਅਦਾ ਕਰਕੇ ਗਿਆ ਆਮੀ ਕੋ ਮੁਤਾਲਬਾ ਰੱਖੇ ਖਾਨ ਸਾਹਿਬ ਮੇਰੀ ਇੱਜ਼ਤ ਕੀਤੀ ਉਸ ਤੋਂ ਬਾਅਦ ਸਾਡੇ ਇਲਾਕੇ ਦੇ ਵਿੱਚ ਯੂਨੀਵਰਸਿਟੀ ਕਹਿਣਾ ਹੈ ਮੈਂ ਖਾਨ ਸਾਹਿਬ ਕੋ ਗੁਜ਼ਾਰਿਸ਼ ਕੀਤੀ ਹੈ ਕੌਮ ਸੈਟਸ ਯੂਨੀਵਰਸਿਟੀ ਜਿਹੜੀ ਪਾਕਿਸਤਾਨ ਦੀ ਟਾਪ ਦੀ ਯੂਨੀਵਰਸਿਟੀ ਹੈ ਪੌਣੇ 2 ਅਰਬ ਰੁਪਏ ਦੇ ਨਾਲ ਉਹਨਾਂ ਕੈਂਪਸ ਕੋਟ ਦੇ ਵਿੱਚ ਮਨਜ਼ੂਰ ਥੀ ਗਿਆ ਜ਼ਮੀਨ ਉਹਨੀ ਜ਼ਮੀਨ ਦਾ ਉਹਨਾਂ ਕਬਜ਼ਾ ਸਾਕੋ ਦੇਰ ਨਾਲ ਮਿਲੇ ਉਹ ਹੁਣ ਕਬਜ਼ਾ ਵੀ ਮਿਲ ਗਿਆ ਉਹਨਾਂ ਫੰਡ ਵੀ ਮੁਖਤਸ ਥੀ ਗਏ ਤੇ ਅਗਰ ਇਹ ਸ਼ਬਖੂਨ ਨਾ ਹਕੂਮਤ ਆਇਆ ਮਰੀਨਾ ਤੇ ਉਹਨਾਂ ਕੰਮ ਵੀ ਟੈਂਡਰ ਸ਼ੁਰੂ ਥੀ ਗਿਆ ਹੋਗਾ ਉਹਨੇ ਬਾਅਦ ਮਦਰ ਐਂਡ ਚਾਈਲਡ ਹਸਪਤਾਲ ਜਿਹੜਾ ਕਿ ਜ਼ਿਲ੍ਹੇ ਲੈਵਲ ਤੇ ਬਣਦਾ ਰਹਾ ਨੇ ਲੇਕਿਨ ਅਲਹਮਦੁਲਿਲਾ ਸਾ ਕੋਟ ਉਦੂ ਦੇ ਵਿੱਚ ਤਕਰੀਬਨ ਹੈ ਚਾਈਲਡ ਹਸਪਤਾਲ ਉਸ ਤੋਂ ਬਾਅਦ ਆਪਣੇ ਪੂਰੇ ਹਲਕੇ ਦੇ ਵਿੱਚ ਦੀ ਲਾਗਤ ਨਾਲ 250 ਕਿਲੋਮੀਟਰ ਸੜਕਾਂ ਦੇ ਉੱਤੇ ਕੰਮ ਥੀਣਾ ਪਏ ਜਿਹੜਾ ਕਿ ਸਲਾਬ ਦੇ ਬਾਅਦ ਗੁਜ਼ਰਨ ਦੇ ਕਾਬਿਲ ਉੱਥੋਂ ਕਹਿਣਾ ਹਨ ਰਸਤੇ ਕਰੋੜਾਂ ਰੁਪਏ ਦੀ ਬਿਜਲੀ ਦੇ ਕੰਮ ਥੀਣੇ ਪੈਣ ਕਰੋੜਾਂ ਰੁਪਏ ਦੀ ਗੈਸ ਦੇ ਕੰਮ ਥੀਣੇ ਪੈਣ ਪਾਸਪੋਰਟ ਆਫਿਸ ਜਿਹੜਾ ਕਿ ਤਹਿਸੀਲ ਲੈਵਲ ਤੇ ਨਹੀਂ ਆਣਾ ਪਾਸਪੋਰਟ ਆਫਿਸ ਬਣ ਕੇ ਕੋਟ ਉਦੂ ਦੇ ਵਿੱਚ ਦਹਿਰੇ ਦੇ ਵਿੱਚ ਨਾਦਰਾ ਆਫਿਸ ਬਣੇ ਚੌਕ ਮੁੰਡੇ ਦਾ ਨਾਦਰਾ ਆਫਿਸ ਅਪਗ੍ਰੇਡ ਹੈ ਮਕਸਦ ਮੇਰੀ ਗੱਲ ਕਰਨ ਦਾ ਇਹ ਹੈ ਮੇਰੇ ਭਰਾਵੋ ਕਿ ਆਪਣੇ ਮੈਂ ਤੁਹਾਨੂੰ ਗੁਜ਼ਾਰਿਸ਼ ਕੀਤਾ ਮੈਂ ਗੁਜ਼ਾਰਿਸ਼ ਕਰੇ ਸਾਂ ਕਿ ਆਪਣੇ ਵੋਟਿੰਗ ਦਾ ਸਹੀ ਇਸਤੇਮਾਲ ਕਰਾਏ ਸੂਬਾਈ ਅਸੈਂਬਲੀ ਦੇ ਤਾਂ ਹਰ ਸੂਰਤ ਸਾਰੇ ਕੋਲ ਇੱਕ ਜ਼ਬਰਦਸਤ ਨੁਮਾਇੰਦਾ ਮੌਜੂਦ ਹੈ ਨਿਆਜ਼ ਖਾਨ ਦੀ ਸੂਰਤ ਵਿੱਚ ਤੇ ਕੌਮੀ ਅਸੈਂਬਲੀ ਦਾ ਵੀ ਵੋਟ ਜ਼ਾਇਆ ਨਾ ਕਰਾਏ ਤੇ ਕਿ ਇਨਸਾਫ ਪੂਰੀ ਹੋਏ ਤੇ ਇਨਸ਼ਾਅੱਲਾ ਜਿਹੜਾ ਇਹ ਸਾਰੇ ਇਲਾਕੇ ਦਾ ਤਹਿਸੀਲ ਦਾ ਸਭ ਕੋਲੋਂ ਵੱਡਾ ਮੁਤਾਲਬਾ ਹੈ ਮੈਂ ਖਾਨ ਸਾਹਿਬ ਦੇ ਅੱਗੇ ਰੱਖਿਆ ਸੀ ਕਿ ਸਾਰੀ ਤਹਿਸੀਲ 14.5 ਲੱਖ ਦੀ ਆਬਾਦੀ ਹੈ ਪੰਜਾਬ ਦੀ ਸਭ ਕੋਲੋਂ ਵੱਡੀ ਤਹਿਸੀਲ ਹੈ ਜੋ ਇੱਕ ਤਹਿਸੀਲ ਹੈ ਪੰਜਾਬ ਕੋਲੋਂ ਸਭ ਕੋਲੋਂ ਜ਼ਿਆਦਾ ਰੈਵਨਿਊ ਲਿਆਉਣ ਵਾਲੀ ਤਹਿਸੀਲ ਹੈ ਸਾਡਾ ਹਰ ਸੂਰਤ ਦੇ ਹੱਕ ਬਣਦੇ ਕਿ ਕੋਟ ਦੋ ਕੋ ਜ਼ਿਲ੍ਹਾ ਬਣਾਇਆ ਵਾਲੇ ਤੇ ਖਾਨ ਸਾਹਿਬ ਮੇਰੇ ਨਾਲ ਇਹ ਵਾਅਦਾ ਤੇ ਕਮਿਟਮੈਂਟ ਕਰ ਚੁੱਕੇ ਹਨ ਕਿ ਮੈਂ ਕੋਟ ਦੋ ਕੋ ਜ਼ਿਲ੍ਹਾ ਬਣੇ ਸਾਂ ਅਗਰ ਸਾਡੀ ਹਕੂਮਤ ਨਾ ਤਰੁੱਟਦੀ ਤੇ ਕੋਟ ਦੋ ਜ਼ਿਲ੍ਹਾ ਅਲਹਮਦੁਲਿਲਾ ਬਣ ਗਿਆ ਹੋਊਗਾ ਅਸਾਂ ਹੁਣ ਇਹ ਤਹਿਸੀਲ ਦਾ ਦੋਹੇ ਸੀਟਾਂ ਜਿਹੜਾ ਹਨ ਸਾਰਿਆਂ ਬਲਕਿ ਸੀਟਾਂ ਇਮਰਾਨ ਖਾਨ ਸਾਹਿਬ ਕੋ ਤੋਹਫੇ 'ਚ ਰਹਿਣੇ ਤੇ ਇਨਸ਼ਾਅੱਲਾ ਵਾਲਾ ਅਸਾਂ ਕੋ ਤੋਹਫੇ 'ਚ ਕੋਟ ਦੋ ਦਾ ਜ਼ਿਲ੍ਹਾ ਮਿਲ ਸੀ ਚਾਹੀਦਾ ਮੇਰਾ ਵੋ ਤੁਸਾਂ ਖਾਨ ਸਾਹਿਬ ਦਾ ਸਾਥ ਰਸੋ ਇਨਸ਼ਾਅੱਲਾ ਕਿਆ ਖਾਨ ਸਾਹਿਬ ਦੀ ਕਾਲ ਤੇ ਲਬੈਕ ਆਖਸੋ ਇਨਸ਼ਾਅੱਲਾ ਬਹੁਤ ਬਹੁਤ ਸ਼ੁਕਰੀਆ ਪਾਕਿਸਤਾਨ ਜ਼ਿੰਦਾਬਾਦ ਬਹੁਤ ਹਮਤ ਕੋਲੋ ਇਲੈਕਸ਼ਨ ਅਸਾਂ ਛੀਨ ਕੇ ਗਿਣਨੇ ਇਨਸ਼ਾਅੱਲਾ ਇਹ ਪਾਕਿਸਤਾਨ ਦੇ ਵਿੱਚ ਫੈ ਪਾਕਿਸਤਾਨ ਦੀ ਆਵਾਮ ਕਰੇ ਸੀ ਤੇ ਇਲੈਕਸ਼ਨ ਦੇ ਜ਼ਰੀਏ ਕਰੇ ਸੀ ਇਨਸ਼ਾਅੱਲਾ ਇਕੱਠੇ ਠੀਕੇ ਇਨਸ਼ਾਅੱਲਾ ਕਾਫਲਾ ਕਹਿਣ ਕੇ ਵਸੋ ਇਸਲਾਮਾਬਾਦ
ਤੁਸਾਂ ਲੋਕ ਹੈ ਸਾਰਾ ਸਾਥ ਰਹਿਣੇ ਤੇ ਅੱਗੋ ਜਿਹੜੇ ਵੀ ਪੰਜਾਬ ਦੀ ਵਜ਼ਾਰਤ ਅੱਲਾ ਹੀ ਹੁਣ ਤਾਕੂ ਦਿੱਤੀ ਹੈ ਤੋਰਾ ਜਿਹੜਾ ਪੰਜਾਬ ਦਾ ਤ੍ਰਿਜਾ ਹਿੱਸਾ ਫੰਡ ਹੈ ਉਹ ਤਾਕੂ ਨਿਖੇੜ ਦਿੱਤੇ ਸੀ ਤੋਰਾ ਜਿਹੜਾ ਜਨੂਬੀ ਪੰਜਾਬ ਦੇ ਸੂਬੇ ਦਾ ਹਰ ਕੋਈ ਵਾਅਦਾ ਕਰੇ ਨਾ ਅਮਲੀ ਕੰਮ ਨਹੀਂ ਕਰੇ ਨਾ ਖਾਨ ਸਾਹਿਬ ਨੇ ਜਨੂਬੀ ਪੰਜਾਬ ਦਾ ਸੈਕਟਰੀਏਟ ਜਿਹੜਾ ਹੈ ਸੂਬੇ ਦਾ ਉਹ ਮੁਲਤਾਨ ਵਿੱਚ ਬਣਾ ਕੇ ਦਿਖਾਏ ਅੱਜ ਉਹ ਚੱਲਦਾ ਖੜੇ ਤੇ ਸਾਰੇ ਲੋਕਾਂ ਕੋ ਆਪਣੀ ਦਹਿਲੀਜ਼ ਦੇ ਉੱਤੇ ਸਾਰੇ ਲੋਕਾਂ ਦੇ ਕੰਮ ਥੀਨੇ ਪੈਣ ਉਹਨੇ ਬਾਅਦ ਸਾਰੇ ਜਿਹੜੇ ਨੌਜਵਾਨ ਹਨ ਪਾਕਿਸਤਾਨ ਦੀ ਤਾਰੀਖ ਦਾ ਸਭ ਕੋਲੋਂ ਜ਼ਬਰਦਸਤ ਇਕਦਾਮ ਹੈ ਕਿ ਗਰੀਬ ਦਾ ਮੁਫਤ ਇਲਾਜ ਸੀਨਾ ਪਿਆ ਅੱਜ ਪਾਇਜ਼ਤ ਤਰੀਕੇ ਦੇ ਨਾਲ ਤਮਾਮ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਅਹਿਸਾਸ ਪ੍ਰੋਗਰਾਮ ਦੇ ਤਹਿਤ ਹਰ ਗਰੀਬ ਕੋ ਮਹਾਨਾ ਪੈਸੇ ਮਿਲਦੇ ਪੈਣ ਪਾਲੇ ਵਾਸਤੇ ਵਜ਼ੀਫਾ ਮਿਲਦਾ ਪਏ ਕਾਰੋਬਾਰ ਵਾਸਤੇ ਕਰਜ਼ੇ ਮਿਲਦੇ ਪੈਣ ਜਿਹੜਾ ਉਹ ਇਸ ਤੋਂ ਵੱਧ ਕੇ ਮੈਂ ਸਮਝਦਾ 3.5 ਸਾਲਾਂ ਦੇ ਵਿੱਚ ਕਾ ਖਿਦਮਤ ਹੀ ਸੰਦੀ ਹੈ ਪਾਕਿਸਤਾਨ ਦੀ ਇਸ ਤੋਂ ਪਹਿਲੇ ਜਿਹੜੇ ਹਕੂਮਤਾਂ ਗੁਜ਼ਰਨ ਉਹਨਾਂ ਦੇ ਵੀ ਹਾਲਾਤ ਤੁਹਾਡੇ ਸਾਹਮਣੇ ਨੇ ਤੇ ਮੇਰਾ ਉਹ ਅੱਜ ਸਾਰਾ ਫਰਜ਼ ਬਣਦੇ ਕਿ ਅਸਾਂ ਇਮਰਾਨ ਖਾਨ ਦੇ ਪਿੱਛੋਂ ਸੀ ਸਾਹਿਬ ਲਈ ਹੋਈ ਦੀਵਾਰ ਦੇ ਨਾਲ ਖੜੇ ਥੀ ਵੰਜੂ ਅਸਾਂ ਹੁਣ ਦੋ ਕੰਮ ਕਰਨੇ ਨੇ ਇੱਕ ਤਾਂ ਇਮਰਾਨ ਖਾਨ ਸਾਹਿਬ ਹੁਣ ਮੁਲਤਾਨ ਦੇ ਜਲਸੇ ਦੇ ਵਿੱਚ ਦੇ ਹਵਾਲੇ ਨੇ ਇਨਸ਼ਾਅੱਲਾ ਇਹ ਮਾਰਚ ਜਿਹੜਾ ਹੈ ਇਹ ਸਾਡੀ ਹਕੀਕੀ ਆਜ਼ਾਦੀ ਦਾ ਮਾਰਚ ਹੈ ਇਹ ਸਾਰੇ ਮੁਸਤਕਬਲ ਦਾ ਫੈਸਲਾ ਕਰੇ ਸੀ ਸਾਰੀ ਗੈਰਤ ਦਾ ਫੈਸਲਾ ਕਰੇ ਸੀ ਤੇ ਅਸਾਂ ਇਮਰਾਨ ਖਾਨ ਸਾਹਿਬ ਦੀ ਕਾਲ ਦੇ ਉੱਤੇ ਲਬੈਕ ਆਖਣੇ ਹੋਏ ਇਸਲਾਮਾਬਾਦ ਪਹੁੰਚ ਰਹੇ ਤਮਾਮ ਰੁਕਾਵਟਾਂ ਨੂੰ ਤੋੜ ਕੇ ਪਹੁੰਚ ਰਹੇ ਹਾਂ ਹਮੇਸ਼ਾ ਉਹਨੇ ਕੋ ਨੌਕਰੀਆਂ ਦੇ ਵਿੱਚ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਲੇਕਿਨ ਅਲਹਮਦੁਲਿਲਾ ਤਰੀਕੇ ਇਨਸਾਫ ਦੀ ਹਕੂਮਤ ਨੇ ਪੰਜਾਬ ਦੇ ਸਰਕਾਰੀ ਨੌਕਰੀਆਂ ਦੇ ਵਿੱਚ ਜਨੂਬੀ ਪੰਜਾਬ ਦੇ ਤੁਹਾਡੇ ਨੌਜਵਾਨਾਂ ਦਾ 35% ਜਿਹੜਾ ਹਿੱਸਾ ਹੀ ਉਹ ਲੈਦਾ ਕਰ ਦਿੱਤੇ ਜਿਹੜਾ ਕਿ ਇੱਕ ਤਾਰੀਖੀ ਇਕਦਾਮ ਹੈ ਉਹਨੇ ਬਾਅਦ ਕਾਸ਼ਤਕਾਰ ਹਮੇਸ਼ਾ ਸਾਬਕਾ ਦੌਰ ਦੇ ਵਿੱਚ ਜ਼ਲੀਲ ਥੀਨਾ ਹੀ ਆਪਣੇ ਫਸਲਾਂ ਦੇ ਉੱਪਰ ਰੇਟ ਨਾਲ ਮਿਲਦੇ ਫਸਲਾਂ ਦੇ ਰੇਟ ਨਾਲ ਵਧਾਏ ਵੈਂਦੇ ਇਹ ਹਕੂਮਤ ਦੇ ਵਿੱਚ ਪਹਿਲੀ ਦਫ਼ਾ ਤਮਾਮ ਫਸਲਾਂ ਦੇ ਰੇਟ ਵਧਾਏ ਗਏ ਤੇ ਮਿਲ ਮਾਫੀਆ ਕੋ ਪਹਿਲੀ ਦਫ਼ਾ ਇਮਰਾਨ ਖਾਨ ਟੱਕਰ ਦਿੱਤੀ ਹੈ ਜਿਹਨਾਂ ਨਤੀਜੇ ਦੇ ਵਿੱਚ ਇੱਜ਼ਤ ਦੇ ਨਾਲ ਕਾਸ਼ਤਕਾਰਾਂ ਦੇ ਅਕਾਊਂਟ ਵਿੱਚ ਪੈਸੇ ਪਹੁੰਚਦੇ ਰਹਿ ਗਏ ਕਟੋ ਕੀ ਮੰਨ ਦਿੱਤਾ ਅਲਹਮਦੁਲਿਲਾ ਸਭ ਤੋਂ ਵੱਡੇ ਸਾਨੇ ਕੋਲ ਮੰਨ ਰਹਿ ਗਏ ਅਸਾਂ ਸੱਚ ਗਏ ਅਸਾਂ ਖਰਾਜ ਤਹਿਸੀਨ ਪੇਸ਼ ਕਰੇ ਨੇ ਆਪਣੇ ਲੀਡਰ ਕੋ ਸਾਰੇ ਲੀਡਰ ਨੇ ਸਾਰੇ ਵਾਸਤੇ ਸਟੈਂਡ ਕੀਤੇ ਤੇ ਹੁਣ ਮੇਰੇ ਵੀਰਾਂ ਉਹ ਟਾਈਮ ਆ ਗਿਆ ਕਿ ਅਸਾਂ ਆਪਣੇ ਲੀਡਰ ਦੇ ਪਿੱਛੋਂ ਖੜ ਵਾਂਗੇ ਇਨਸ਼ਾਅੱਲਾ ਇਹ ਇਮਰਾਨ ਖਾਨ ਦੀ ਜੰਗ ਨਹੀਂ ਇਮਰਾਨ ਖਾਨ ਸਿਰਫ ਦਾਈ ਹੈ ਇਮਰਾਨ ਖਾਨ ਸਾਹਿਬ ਸਭ ਕੋ ਆਵਾਜ਼ ਦਿੱਤੀ ਹੈ ਅਗਰ ਸਾਰੇ ਦੇ ਵਿੱਚ ਜੁਰਅਤ ਹੈ ਸਾਰੇ ਦੇ ਵਿੱਚ ਗੈਰਤ ਹੈ ਖਾਨ ਦੇ ਨਾਲ ਡਟ ਕੇ ਖੜਾ ਥੀ ਹੋਣਾ ਚਾਹੀਦਾ ਹੈ ਇਹ ਤੋਰੇ ਸਾਰੇ ਪਾਲੇ ਦੀ ਮੁਸਤਕਬਲ ਦੀ ਜੰਗ ਹੈ ਤੁਸੀਂ ਦੇਖੋ ਕਿ ਉਹਨੇ ਬਾਅਦ ਜਿਹੜੇ ਉਹ ਆਪਣੇ ਚਨਕੇ ਹਨ ਅੱਜ ਤੁਸੀਂ ਦੇਖੋ ਉਹਨਾਂ ਦੀ ਕੀ ਹਾਲਤ ਹੈ ਅੱਜ ਸਾਰਾ ਮੁਲਕ ਜਿਹੜਾ ਹੈ ਉਹ ਤਬਾਹੀ ਦੀ ਤਰਫ ਗਾਮਜ਼ਨ ਥੀ ਚੁੱਕੇ ਹੈ ਇੱਕ ਸ਼ੈਡਿੰਗ ਸ਼ੁਰੂ ਥੀ ਗਈ ਹੈ ਇਨੇ ਕੋ ਘੇਨਾਵਣ ਦਾ ਮਕਸਦ ਹੀ ਪਾਕਿਸਤਾਨ ਨੂੰ ਤਬਾਹ ਕਰਨਾ ਹੈ ਬਿਰਾਵੋ ਯਾਦ ਰੱਖਾ ਹੈ ਜਰਨ ਦਾ ਪਾਕਿਸਤਾਨ ਨਿਊਕਲੀਅਰ ਤਾਕਤ ਬਣੇ ਹੁਣ ਸਾਰੇ ਮੁਲਕ ਦੇ ਦੁਸ਼ਮਣੇ ਕੋ ਸਾਡੇ ਖਿਲਾਫ ਇੱਕ ਵੀ ਗੋਲੀ ਚਲਾਉਣ ਦੀ ਜ਼ਰੂਰਤ ਨਹੀਂ ਉਹਨਾਂ ਦਾ ਇਹੋ ਮਕਸਦ ਤੇ ਮਨਜ਼ੂਰ ਹੈ ਕਿ ਅਸਾਂ ਜ਼ਰਦਾਰੀ ਤੇ ਨਵਾਜ਼ ਸ਼ਰੀਫ ਤੇ ਸ਼ਹਬਾਜ਼ ਸ਼ਰੀਫ ਨੂੰ ਇੱਥਾ ਮੁਸਲਤ ਰੱਖਣੇ ਇਹ ਮੁਲਕ ਆਪਣੇ ਆਪ ਤਬਾਹ ਹੋ ਗਿਆ ਸੀ ਅਸਾਂ ਇਸ ਸਾਜ਼ਿਸ਼ ਨੂੰ ਕਾਮਯਾਬ ਨਹੀਂ ਥੀ ਵੜਨੇ ਵੜਾ ਪਾਕਿਸਤਾਨ ਤਰੀਕੇ ਇਨਸਾਫ ਦੀ ਹਕੂਮਤ ਵਿੱਚ ਮੇਰੇ ਭਰਾਵੋ ਇਹ ਮੁਲਕ ਤਰੱਕੀ ਕਰਨਾ ਪਈ ਆਈ ਸਾਡੀ ਮਈਸ਼ਤ ਤਰੱਕੀ ਕਰਨੀ ਪਈ ਸਾਡਾ ਟੈਕਸ ਕਲੈਕਸ਼ਨ ਅੱਗੇ ਸਾਰੇ ਜਿਹੜੇ ਐਕਸਪੋਰਟਸ ਹਨ ਪਹੁੰਚ ਗਿਆ ਸਾਰੀ ਜਿਹੜੀ GDP ਦੀ ਮਈਸ਼ਤ ਦੀ ਗਰੋਥ ਹੈ ਖਾਸ ਤੌਰ ਤੇ ਸਾਰਾ ਜਿਹੜਾ ਜਨੂਬੀ ਪੰਜਾਬ ਹੈ ਮੈਂ ਸਮਝਦਾ ਬਿਰਾਵੋ ਕਿ ਸਾਰੇ ਜਨੂਬੀ ਪੰਜਾਬ ਵਾਸਤੇ ਪਾਕਿਸਤਾਨ ਤਰੀਕੇ ਇਨਸਾਫ ਦਾ ਦੌਰ ਜਿਹੜਾ ਹੈ ਇੱਕ ਸੁਨਹਿਰੀ ਦੌਰ ਹੈ ਅਸਾਂ ਹਮੇਸ਼ਾ ਜਨੂਬੀ ਪੰਜਾਬ ਵਾਲੇ ਗਿੱਲਾ ਕਰੇ ਨੇ ਆਸ ਨਾ ਗਿੰਦੇ ਹੋਏ ਸ਼ਰਮਾਨੇ ਹਨ ਸਾਰੇ ਵਜ਼ੀਰ ਆਜ਼ਮ ਮੁਲਕ ਦੇ ਦੁਨੀਆ ਦੇ ਆਵਾਨੇ ਦੇ ਖੜੇ ਥੀ ਕੇ ਉਹਨੇ ਬਾਅਦ ਜਿਹੜਾ ਉਹਨਾਂ ਸਭ ਕੋਲ ਵਾਲਾ ਕਸੂਰ ਬਣੇ ਕਿ ਸਾਲਾ ਸਾਲ ਦੀ ਜਦੋ ਜਹਿਦ ਦੇ ਬਾਅਦ ਲੋਕਾਂ ਆਪਣੇ ਜਾਣੇ ਦੀ ਕੁਰਬਾਨੀ ਦਿੱਤੀ ਉਹਨੇ ਬਾਅਦ ਇਹ ਮੁਲਕ ਸਾਕੋ ਹਾਸਲ ਕੀ ਆਈ ਤੇ ਅਲਹਮਦੁਲਿਲਾ ਸਾਰਾ ਮੁਲਕ ਜਿਹੜਾ ਹੈ ਦੁਨੀਆ ਦਾ ਆਬਾਦੀ ਐਟਮੀ ਤਾਕਤ ਹੈ ਸਭ ਕੋ ਆਪਣੇ ਮੁਲਕ ਤੇ ਫਖਰ ਹੈ ਲੇਕਿਨ ਜਿਹੜਾ ਤੁਸੀਂ ਡਿੱਠੇ ਪਿਛਲੇ 2 ਮਹੀਨੇ ਦੇ ਵਿੱਚ ਤੁਸੀਂ ਤਮਾਸ਼ਾ ਡਿੱਠੋ ਗੱਲ ਥੀਨੀ ਹੈ ਸਾਜ਼ਿਸ਼ ਦੀ ਸਾਜ਼ਿਸ਼ ਹੋਣੀ ਹੈ ਕਿ ਜਿਹੜਾ ਕੰਡ ਪਿੱਛੋਂ ਥੀਨੀ ਹੈ ਡਰ ਕੇ ਸਕੀਮ ਬਣਾਈ ਵੈਂਦੀ ਉਹਨੇ ਬਾਅਦ ਉਹਨਾਂ ਉੱਤੇ ਅਮਲ ਦਰਾਮਦ ਕੀਤਾ ਮੈਨੇ ਲੇਕਿਨ ਸਾਡੀ ਇਤਨੀ ਤਹਿਕੀਰ ਕੀਤੀ ਗਈ ਹੈ ਸਾਡੇ ਮੁਲਕ ਦੀ ਸਾਡੀ ਕੌਮ ਦੀ ਕਿ ਖੁੱਲ੍ਹੇਆਮ ਸਾਰੇ ਆਦਾ ਪਏ ਕਿ ਅਗਰ ਇਮਰਾਨ ਖਾਨ ਤੇ ਸਾਕੋ ਇਹ ਕਾਬਲੇ ਕਬੂਲ ਕਹਿ ਨਹੀਂ ਤੁਹਾਡੇ ਵਾਸਤੇ ਮੁਸ਼ਕਿਲ ਅਗੋ ਹਾਲਾਤ ਆ ਸਨ
अगर तुस अपनी बका चाहने वे मैं समझता कि शर्म का मकाम है। इमरान खान सारे मुल्क का वजीर आजम है, सारे मुल्क का सरबराह है, सारे वोटे नाल मुंतखब किया है, पाकिस्तान की सब को वाली पार्टी का सरबराह है जिहड़ा कि तमाम सूबे दे विच अपनी प्रेजेंस रखती है। साजिश हो गया तो वक्त ही चलो असा मुकाबला करूंगा। इतनी जरूरत दोनों बाद असर इठे कि अमल दरामद किया, हुक्म के अमल दरामद किया गया जेड़े इदारे दे उत्ते सखो फखर रही। अफसोस है कि वह खामोश रह गए, न्यूट्रल रह गए। कहीं बैंक दे विच डकैती थी नहीं भी होवे ते चौकीदार आखे कि मैं तो न्यूट्रल ना कुछ ना करे ते पिछे बैंक मैनेजर क्या करे सी, उन बैंक दे विच आवाम का पैसा पिया होने। ये मुल्क तुहाड़े सारे वोटे नाल असा हुकूमत को मुंतखिब किए बिरावो, ये तहकीर की गई है तुहाड़ी ते साडी, ये हुण तुहाड़ी ते साडी गैरत का सवाल है। असा जवाब नहीं बने, बेशक लोग चाला चलते हैं लेकिन अल्लाह ताला फरमाए कि सब को लोग बेहतर तदबीर करने वाला मेरा अल्लाह पाक है। इमरान खान का कसूर क्या है? इमरान खान आदा है कि मैं कहीं ना दुश्मनी नहीं चाहना लेकिन मैं आजाद खर्चा पॉलिसी का हामी हूं, तालुकात खराब नहीं रखना चाहते लेकिन असा अपनी कौम दे मफाद गाओ कोई गलत आदा ही। इमरान खान मुल्क दे अवाना दे विच खड़े थी के वहां के असा मैली आंख जेले जुरत की थी इथा पेवन दी। मोहतरम जनाब एमपीए नियाज खान कश्कोरी साहब, मोहतरम जनाब वसीफ दे इंतहाई काबिल एहतराम, प्यारे प्यारे भिरावो बुजुर्गो दोस्तों अस्सलाम वालेकुम। भिरावो रात तक काफी थी कि थके दनी में बैठे, बाकी तुसा देते खड़े हो सो कि लाइट भी आनी में नहीं खड़ी है, अख मचोली खेती खड़ी है, ये भी इशारा देनी खड़ी है कि मत आ गई है। ये इशारे हैं कि चोरे की हुकूमत है, इंपोर्टेड हुकूमत है, इन्हें को बहुत जल्दी छुटकारा हासिल करके नो ना मुल्क का कबाड़ा करके बैसे। मैं नियाज खान कश्कोरी साहब था कि उन्हें आज एक खूबसूरत तकरीब का इनकाद किए, सागो इतना दावत दी है तो मैं उन्हें को खराज तहसीन पेश करे ना कि वह पहली दफा जड़े इलाके हमेशा सरदारें की जागीरदारें की हुकूमत रहेगी है, तुसा मुतफिक है वे इतफाक किते ते अपने एक बिरा को तुसा को घिन के आए वे ते हूँ बिरा भी तोरी कंड लगन नहीं दीती, साबित कदम रहे तोरे वास्ते जद जहद की सी इलाके दे विच काम कराने वास्ते। जेड़ा मैं अंदाजा लए पूरे जिले मुजफ्फरगढ़ दे विच तमाम एमपीएस दे विच मैं कोई रिपोर्ट मिली है कि सरदार नियाज खां अपने हल्के दे विच सब को ज्यादा काम करा, ते उस तो बाद जड़ले मुश्किल वक्त आए, जड़ले जमीर दे सौदे थे, जड़ले छांगा मांगा दी सियासत थी, जड़े वेले लौटे अपनी जा तो निकल के उन्हें को होटल जमा किया गया, उन्हें दे पैसे भरे गए, उंगले तो रहे फिर हालांकि पहली दफा एमपीए बनाई, लेकिन सलाम है इन सियासत को साबित कदमी को। कहीं तोरे वोटे का सौदा नहीं किया, तोरी कांड नहीं लगन दी, साबित कदम रह गए। तो बिरावो मैं बेहद मेरे को अफसोस है कि सारे जिला मुजफ्फरगढ़ के विचों भी ज्यादा लोटे बरामद हैं, सारे जनूबी पंजाब विचों भी बदकिस्मती के नाल ज्यादा लोटे बरामद हैं, ये सारे उत्ते एक बदनुमा दाग है। कल इमरान खान साहब भी जिक्र कर रहे पे हैं कि मैं मुल्तान दे जलसे जाना पिया तो खास सारे उत्ते बदनुमा दाग है, असा ही दाग को धोमने ये लोग सारे वसीफ की महरूमे का सबब है, ये हर इलेक्शन से पार्टियां तब्दील करे न जैनी वजह को इन्हें कोई इज्जत है नहीं होनी, जैनी वजह को इन्हें कोई गाल नहीं सुनता, जैनी लिहाजा बेहद जरूरी है कि इन्हें को ई आने वाले इलेक्शन दो पाकिस्तान है